अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा के परसराम नगर चौक पर उस समय सनसनी फैल गई जब लॉकडाउन तोड़कर आए लोगों को उनके व्हीकल समेत पुलिस ने उनको गिरफ्तार कर लिया। क्या आज सुबह 5 बजे कैनाल थाने के इंचार्ज ने लोगों को रोककर चेकिंग शुरू करी। ਕਹਦਾ ਜਾ ਕੇ ਫੜ ਲੈਣਾ ਤੁਹਾਨੂੰ ਮੈਂ ਪੈਸੇ ਫੜ ਕੇ ਲੈਣਾ ਤਾਂ ਵੀਰ ਨੂੰ ਨਹੀਂ ਜਾ ਰਿਹਾ ਤੁਸੀਂ ਥੋੜੀ ਗੱਲ ਹੋਈ ਭਾਬੀ ਉਹਦੇ ਉੱਤੇ ਖੜ ਜਾਓ ਐਵੇਂ ਉਮਰ ਦੇ ਹਿਸਾਬ ਨਾਲ ਚੰਗਾ ਲੱਗਦਾ ਫੜ ਜਾਓ ਉੱਤੇ ਤੁਹਾਨੂੰ ਦੱਸਾਂ ਕਾਰ ਦੀ ਕੀ ਹੁੰਦੀ ਹੈ ਤੁਹਾਡੀ ਉਸ ਤਰੀਕਾ ਦੌਰਾਨ ਸੋ 4 ਵਜੇ ਮੇਲਾ ਲੱਗ ਜਾਂਦਾ ਜੀ ਸਰ ਤੁਸੀਂ ਇੱਥੇ ਨਹੀਂ ਚਲਦੇ ਕਿ ਕਿਸ ਤਰ੍ਹਾਂ ਜੀ ਕਿਉਂਕਿ ਇਸ ਲਈ ਇਨਫੋਰਮੇਸ਼ਨ ਮਿਲੀ ਸਰ ਬਸ ਜਿਹੜੇ ਲੋਕ ਬਾਹਰ ਨਿਕਲਦੇ ਆ ਸੈਰ ਕਰਨ ਦੇ ਬਹਾਨੇ ਆ ਸਮਾਨ ਸਮੂਨ ਲੈਣ ਦੇ ਬਹਾਨੇ ਜਿਹੜੇ ਕਰਫਿਊ ਲੰਘਣਾ ਹਾਂਜੀ ਹਾਂਜੀ ਉਹਨਾਂ ਖਿਲਾਫ ਸਖਤ ਕਾਰਵਾਈ ਕਰਨਾ ਠੀਕ ਹੈ ਤੇ ਸਵੇਰ ਇਸੇ ਤਰ੍ਹਾਂ ਹੀ ਤੁਸੀਂ ਆਇਆ ਕਰੋ ਇਸੇ ਤਰ੍ਹਾਂ ਚੱਲੂਗਾ ਜਿਹੜੇ ਲੋਕ ਸੋਚਦੇ ਵੀ ਸਵੇਰ ਅਸੀਂ ਕੋਈ ਨਹੀਂ ਪੁਲਿਸ ਬਸ ਹਾਂਜੀ ਹਾਂਜੀ ਇਸੇ ਤਰੀਕੇ ਪੁੱਛ ਕੇ ਹਾਂਜੀ ਹਾਂਜੀ ਕਾਰਵਾਈ ਨਹੀਂ ਕਰ ਰਹੀ ਠੀਕ ਸੁਬਹ ਕਿੰਨੇ ਵਜੇ ਆਏ ਸੀ ਤੁਸੀਂ ਸੁਬਹ ਅਸੀਂ 4 ਵਜੇ ਲੱਗੇ ਹੋਏ ਅੱਛਾ 4 ਵਜੇ ਲੱਗੇ ਹੋਏ ਜੀ ਕਿਹਦੀ ਡੈਰੀ ਹੈ ਨਾ ਜੀ ਹਾਂ ਇਹ ਉੱਥੇ ਵੀ ਇਹਨਾਂ ਵਿੱਚ ਜ਼ਰੂਰਤ ਨਹੀਂ ਹੁੰਦੀ ਹੈ कैमरामैन गौरव चिंका के साथ कपिल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।